ਮੈਂ ਪਰਮਜੀਤ कौर ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਪੰਜਾਬੀ ਸਟਾਈਲ ਕੁਕਿੰਗ ਵਿੱਚ ਸਵਾਗਤ ਕਰਦੀ ਆਂ ਅੱਜ ਮੈਂ ਤੁਹਾਨੂੰ ਛੋਲੇ ਅਤੇ ਪਨੀਰ ਦੀ ਮਿਕਸ ਸਬਜ਼ੀ ਬਣਾ ਕੇ ਦਿਖਾਵਾਂਗੀ ਸਭ ਤੋਂ ਪਹਿਲਾਂ ਅਸੀਂ ਪਨੀਰ ਲਵਾਂਗੇ ਇਹਨੂੰ ਆਪਾਂ ਇਸ ਤਰ੍ਹਾਂ ਕੱਟ ਲਵਾਂਗੇ ਤੇ ਤਿੰਨ ਅਸੀਂ ਪਿਆਜ਼ ਲਵਾਂਗੇ ਉਹਨਾਂ ਨੂੰ ਕ੍ਰਸ਼ ਕਰ ਲਵਾਂਗੇ ਤੇ ਤਿੰਨ ਹੀ ਅਸੀਂ ਟਮਾਟਰ ਲਏ ਆ ਇਹਦੇ ਵਿੱਚ ਅਦਰਕ ਤੇ ਮਿਰਚ ਦਾ ਪੇਸਟ ਮਤਲਬ ਇਕੱਠਿਆਂ ਦਾ ਪੀਸ ਕੇ ਰੱਖ ਲਿਆ ਹੈ ਤੇ ਛੋਲੇ ਅਸੀਂ ਉਬਾਲ ਲਏ ਹੈ ਨਮਕ ਪਾ ਕੇ ਸਭ ਤੋਂ ਪਹਿਲਾਂ ਅਸੀਂ ਗੈਸ ਉੱਤੇ ਕੜਾਹੀ ਰੱਖਾਂਗੇ ਇਹਦੇ ਵਿੱਚ ਅਸੀਂ ਪਾਵਾਂਗੇ ਤੇਲ ਤੇਲ ਜਿਹੜਾ ਹੈਗਾ ਅਸੀਂ ਡੇਢ ਕਟਸ਼ੀ ਦੇ ਕਰੀਬ ਪਾਵਾਂਗੇ ਕਿਉਂਕਿ ਅਸੀਂ ਇਹਦੇ ਵਿੱਚ ਹੀ ਪਨੀਰ ਨੂੰ ਫਰਾਈ ਕਰਾਂਗੇ ਪਹਿਲਾਂ ਤੇ ਫਿਰ ਅਸੀਂ ਇਸੇ ਤੇਲ ਦੇ ਵਿੱਚ ਹੀ ਤੜਕਾ ਲਗਾ ਲਵਾਂਗੇ ਤੇਲ ਗਰਮ ਹੋਣ ਤੇ ਅਸੀਂ ਇਹਦੇ ਵਿੱਚ ਪਨੀਰ ਪਾ ਲਵਾਂਗੇ ਤੇ ਪਨੀਰ ਨੂੰ ਅਸੀਂ ਲਾਲ ਹੋਣ ਤੱਕ ਫਰਾਈ ਕਰਾਂਗੇ ਜੇ ਤੁਸੀਂ ਕੱਚਾ ਪਨੀਰ ਪਾਣਾ ਚਾਹੁੰਦੇ ਹੋ ਤੇ ਪਾ ਸਕਦੇ ਹੋ ਪਰ ਜੇ ਤੁਸੀਂ ਥੋੜਾ ਇਦਾਂ ਫਰਾਈ ਕਰਕੇ ਪਾ ਲਵੋ ਤੇ ਥੋੜਾ ਜਿਹੜਾ ਸਬਜ਼ੀ ਦਾ ਟੇਸਟ ਹੈ ਥੋੜਾ ਅਲੱਗ ਹੋ ਜਾਂਦਾ ਹੈ ਇਸ ਤਰ੍ਹਾਂ ਅਸੀਂ ਇਹਨੂੰ ਇਹਦੇ ਸਾਈਡ ਚੇਂਜ ਕਰਦੇ ਰਵਾਂਗੇ ਨਾਲ-ਨਾਲ ਤੇ ਪਨੀਰ ਜਿਹੜਾ ਸਾਡਾ ਹੈਗਾ ਫਰਾਈ ਹੋ ਚੁੱਕਾ ਇਹਨੂੰ ਅਸੀਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਏਸੇ ਹੀ ਬਚੇ ਹੋਏ ਤੇਲ ਵਿੱਚ ਅਸੀਂ ਥੋੜਾ ਜਿਹਾ ਜੀਰਾ ਪਾਵਾਂਗੇ ਦੋ ਅਸੀਂ ਲਾਲ ਮਿਰਚਾਂ ਪਾ ਦੇਵਾਂਗੇ ਸੁੱਕੀਆਂ ਤੇ ਦੋ ਹੀ ਅਸੀਂ ਇਹਦੇ ਵਿੱਚ ਤੇਜ ਪੱਤੇ ਪਾ ਲਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਕ੍ਰਸ਼ ਕੀਤੇ ਹੋਏ ਆਪਣੇ ਪਿਆਜ਼ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਿਆਜ਼ਾਂ ਨੂੰ ਅਸੀਂ ਜਿਹੜਾ ਹੈਗਾ ਚੰਗੀ ਤਰ੍ਹਾਂ ਲਾਲ ਹੋਣ ਤੱਕ ਭੁੰਨਣਾ ਹੈ ਤੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਇੱਕ ਚਮਚ ਦੇ ਕਰੀਬ ਨਮਕ ਪਾ ਦਵਾਂਗੇ ਤਾਂ ਜੋ ਜਿਹੜੇ ਸਾਡੇ ਪਿਆਜ਼ ਹੈਗੇ ਆ ਛੇਤੀ ਪੱਕ ਜਾਣ ਪਿਆਜ਼ ਜਿਹੜੇ ਸਾਡੇ ਭੁੰਨ ਕੇ ਤਿਆਰ ਹੋ ਚੁੱਕੇ ਆ ਹੁਣ ਅਸੀਂ ਇਹਦੇ ਵਿੱਚ ਟਮਾਟਰ ਅਦਰਕ ਤੇ ਮਿਰਚ ਦਾ ਪੇਸਟ ਪਾ ਦਵਾਂਗੇ ਤੇ ਇਹਨਾਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਪਾ ਕੇ ਤੇ ਲਗਾਤਾਰ ਅਸੀਂ ਘੜਸੀ ਚਲਾਉਂਦੇ ਰਵਾਂਗੇ ਤਾਂ ਜੋ ਜਿਹੜਾ ਸਾਡਾ ਇਹ ਤੜਕਾ ਹੈਗਾ ਥੱਲੇ ਨਾ ਲੱਗ ਜਾਵੇ ਕੜਾਈ ਦੇ ਮਤਲਬ ਸਾੜਨਾ ਜਾਵੇ ਹੁਣ ਅਸੀਂ ਇਹਦੇ ਵਿੱਚ ਆਪਣੇ ਜਿਹੜੇ ਸੁੱਕੇ ਮਸਾਲੇ ਆ ਉਹ ਪਾ ਲਵਾਂਗੇ ਅੱਧਾ ਚਮਚ ਅਸੀਂ ਇਹਦੇ ਵਿੱਚ ਅਨਾਰ ਦਾਣਾ ਪਾਊਡਰ ਦਾ ਪਾਵਾਂਗੇ ਇੱਕ ਚਮਚ ਅਸੀਂ ਇਹਦੇ ਵਿੱਚ ਕਸ਼ਮੀਰੀ ਲਾਲ ਮਿਰਚ ਦਾ ਪਾ ਲਵਾਂਗੇ ਤੇ ਇੱਕ ਚਮਚ ਭਰ ਕੇ ਇਹਦੇ ਵਿੱਚ ਅਸੀਂ ਚਨੇ ਮਸਾਲਾ ਪਾਵਾਂਗੇ ਤੇ ਅੱਧਾ ਇੱਕ ਚਮਚ ਲਾਲ ਮਿਰਚ ਪਾਵਾਂਗੇ ਤੇ ਅੱਧਾ ਇੱਕ ਚਮਚ ਹੀ ਅਸੀਂ ਇਹਦੇ ਵਿੱਚ ਹਲਦੀ ਦਾ ਪਾਵਾਂਗੇ ਕਿਉਂਕਿ ਚਨੇ ਮਸਾਲੇ ਦੇ ਨਾਲ ਕਲਰ ਬਹੁਤ ਸੋਹਣਾ ਆ ਜਾਣਾ ਇਸ ਕਰਕੇ ਅਸੀਂ ਅੱਧਾ ਚਮਚ ਹੀ ਹਲਦੀ ਦਾ ਪਾ ਕੇ ਇਹਦੇ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲਵਾਂਗੇ ਜਦੋਂ ਸਾਡਾ ਇਹ ਮਸਾਲਾ ਚੰਗੀ ਤਰ੍ਹਾਂ ਭੁੰਨ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਆਪਣੇ ਉਬਲੇ ਹੋਏ ਛੋਲਿਆਂ ਨੂੰ ਪਾ ਦਵਾਂਗੇ ਦੇਖੋ ਜੀ ਜਿਹੜਾ ਸਾਡਾ ਮਸਾਲਾ ਹੈਗਾ ਇਹ ਚੰਗੀ ਤਰ੍ਹਾਂ ਭੁੰਨ ਹੋ ਚੁੱਕਾ ਹੈ ਹੁਣ ਅਸੀਂ ਇਹਦੇ ਵਿੱਚ ਆਪਣੇ ਛੋਲੇ ਪਾ ਦਿੱਤੇ ਹੈ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਜੇ ਸਾਨੂੰ ਇਹਦੇ ਵਿੱਚ ਪਾਣੀ ਘੱਟ ਲੱਗੇ ਤੇ ਅਸੀਂ ਇਹਦੇ ਵਿੱਚ ਹੋਰ ਪਾਣੀ ਪਾ ਸਕਦੇ ਹਾਂ ਤੇ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾਵਾਂਗੀ ਲੋ ਜੀ ਅਸੀਂ ਜਿਹੜਾ ਪਾਣੀ ਹੈ ਇਹ ਪਾ ਦਿੱਤਾ ਹੈ ਛੋਲਿਆਂ ਵਿੱਚ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਨੀਰ ਪਾ ਲਵਾਂਗੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਨੂੰ ਟੱਕ ਦਵਾਂਗੇ ਤਾਂ ਜੋ ਜਿਹੜੇ ਸਾਡੇ ਜਿਹੜਾ ਪਨੀਰ ਹੈਗਾ ਚੰਗੀ ਤਰ੍ਹਾਂ ਇਹਨਾਂ ਵਿੱਚ ਨਮਕ ਰੱਚ ਜਾਵੇ ਤੇ ਜਿਹੜੇ ਸਾਡੇ ਚਨੇ ਆ ਥੋੜੇ ਗੜਕ ਜਾਣ ਤੇ ਚਨੇ ਆ ਤੇ ਚੰਗੀ ਤਰ੍ਹਾਂ ਜਿਹੜਾ ਮਤਲਬ ਚਨੇ ਮਸਾਲੇ ਦਾ ਕਲਰ ਹੈ ਉਹ ਚੜ ਜਾਵੇ ਤੇ ਇਸ ਕਰਕੇ ਆਪਾਂ ਇਹਨਾਂ ਨੂੰ ਥੋੜੀ ਦੇਰ ਦੇ ਲਈ ਟੱਕਣ ਦੇ ਕੇ ਗੜਕਣ ਦੇ ਲਈ ਰੱਖ ਦਵਾਂਗੇ ਥੋੜੀ ਦੇਰ ਬਾਅਦ ਅਸੀਂ ਟੱਕਣ ਚੱਕ ਕੇ ਦੇਖਾਂਗੇ ਦੇਖੋ ਜੀ ਜਿਹੜੀ ਸਾਡੀ ਸਬਜੀ ਹੈਗੀ ਹੈ ਇਹ ਬਣ ਕੇ ਤਿਆਰ ਹੋ ਚੁੱਕੀ ਹੈ ਥੋੜਾ ਦੇਰ ਅਸੀਂ ਇਹਨੂੰ ਟੱਕਣ ਤੋਂ ਬਗੈਰ ਹੀ ਇਸੇ ਤਰ੍ਹਾਂ ਹੀ ਰਿਝਾ ਲਵਾਂਗੇ ਸਬਜੀ ਸਾਡੀ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਹਨੂੰ ਸਰਵ ਕਰ ਸਕਦੇ ਹਾਂ ਤੇ ਜਦੋਂ ਵੀ ਆਪਾਂ ਸਰਵ ਕਰਨੀ ਆ ਇਸ ਤਰ੍ਹਾਂ ਜਦੋਂ ਆਪਾਂ ਇਹਨੂੰ ਮਤਲਬ ਚੰਗੀ ਤਰ੍ਹਾਂ ਦੇ ਉੱਤੇ ਟਮਾਟਰ ਈਦਾ ਮਿਰਚ ਲਗਾ ਕੇ ਕਰੀਏ ਕਿਸੇ ਦੇ ਅੱਗੇ ਰੱਖੀਏ ਤੇ ਬਹੁਤ ਸੋਹਣੀ ਲੱਗਦੀ ਹੈ ਲੁੱਕ ਵਾਈਜ਼ ਤੇ ਅਸੀਂ ਮਤਲਬ ਇਹਨੂੰ ਆਪਾਂ ਚਾਵਲਾ ਦੇ ਨਾਲ ਵੀ ਖਾ ਸਕਦੇ ਹਾਂ ਫੁਲਕੇ ਦੇ ਨਾਲ ਪੂਰੀ ਦੇ ਨਾਲ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਮੇਰੀ ਰੈਸਪੀ ਕਿੱਦਾਂ ਦੀ ਬਣੀ ਹੈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਮੇਰੀ ਵੀਡੀਓ ਦੇਖਣ ਦੇ ਲਈ ਥੈਂਕ ਯੂ